ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਤਾਜ਼ਾ ਜਾਣਕਾਰੀ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੇ ਮੌਸਮ ਦੀ ਮੀ ਅਪਡੇਟ ਜਿਹੜੀ ਅੱਜ ਤੇ ਕੱਲ ਤੱਕ ਹੋ ਸਕਦੀ ਹੈ ਜੀ ਉਸ ਦੇ ਸਬੰਧੀ ਜਾਣਕਾਰੀ ਸਾਂਝੀ ਕਰਾਂਗੇ ਜੀ ਤੁਹਾਨੂੰ ਇੱਕੋ ਹੀ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜ਼ਰੂਰ ਦੇਖਿਓ ਜੀ ਤਾਂ ਜੋ ਤੁਹਾਡੇ ਤੋਂ ਕੋਈ ਵੀ ਜਾਣਕਾਰੀ ਆ ਮੌਸਮ ਦੇ ਸੰਬੰਧੀ ਉਹ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਆਂ ਜੀ ਆਪਾਂ ਮੀ ਅਪਡੇਟ ਤੋਂ ਸੋ ਅੱਜ ਅਗਸਤ ਦੇ ਵਿੱਚ ਮਾਲਵੇ ਸਮੇਤ ਕੇਂਦਰੀ ਪੰਜਾਬ 'ਚ ਟੁੱਟਵੀਂ بارش ਦੇ ਅਸਾਰ ਹਨ ਮਾਲਵੇ ਵਾਲੇ ਸਰੋਤੇ ਵੀਰ ਨੋਟ ਕਰ ਲੈਣ ਜੀ ਮਾਲਵੇ ਦੇ ਸਮੇਤ ਕੇਂਦਰੀ ਪੰਜਾਬ 'ਚ ਜਿਹੜੀ ਟੁੱਟਵੀਂ ਮੀਂਹ ਦੇ ਅਸਾਰ ਹਨ ਜੀ ਮੀਂਹ ਮੁੱਖ ਤੌਰ ਤੇ ਦੁਪਹਿਰ ਤੋਂ ਸ਼ਾਮ ਦੇ ਸਮੇਂ ਦਰਮਿਆਨ ਜਾਂ ਰਾਤ ਨੂੰ ਵੀ ਪੈ ਸਕਦਾ ਏ ਸੂਬੇ ਦੇ ਵਿੱਚ ਦੇਸ਼ ਪੰਜਾਬ ਦੇ ਵਿੱਚ ਕੁਝ ਜਗ੍ਹਾ ਸ਼ਰਾਟਾ ਭਾਰੀ ਤੇ ਕੁਝ ਪਿੰਡ ਵਾਂਝੇ ਵੀ ਰਹਿ ਸਕਦੇ ਹਨ ਕਿਉਂਕਿ ਇਹ ਸੌਣ ਦੇ ਮਹੀਨੇ ਦਾ ਮਹੀਨਾ ਹੈ ਜੋ ਖੇਤ ਦੇ ਨਾਲ ਖੇਤ ਵੀ ਛੱਡ ਜਾਂਦਾ ਹੈ ਅੱਜ ਰਹਿ ਗਏ ਖੇਤਰਾਂ ਚੂ ਅਗਲੇ ਦਿਨ ਵਾਰੀ ਆ ਸਕਦੀ ਆ ਸੋ ਦੋਸਤੋ ਸੂਬੇ ਪੰਜਾਬ ਦੇ ਮੌਸਮ ਦੇ ਸੰਬੰਧੀ ਜਿਹੜੀ ਹੁਣੇ-ਹੁਣੇ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜੀ ਇਸ ਤੋਂ ਦਰਮਿਆਨ ਆ ਜਿਹੜੇ ਕਪਾਹੀ ਬੱਦਲ ਆ ਜਿਹੜੇ ਉਹ ਤੁਹਾਨੂੰ ਅੱਜ ਸ਼ਾਮ ਵੇਲੇ ਬਾਦ ਦੁਪਹਿਰ ਤੋਂ ਅਸਮਾਨ ਦੇ ਵਿੱਚ ਨੀਲੇ ਅਸਮਾਨ ਦੇ ਵਿੱਚ ਜਿਹੜੇ ਮੇਰੇ ਵੀਰ ਬੱਦਲ ਵੇਖਣ ਦੇ ਸ਼ਕੀਨ ਹਨ ਫੋਟੋਆਂ ਖਿੱਚਣ ਦੇ ਸ਼ਕੀਨ ਹਨ ਉਹਨਾਂ ਨੂੰ ਗੋਭੀ ਵਰਗੇ ਫੁੱਲਾਂ ਦੇ ਅਤੇ ਕਪਾਹੀ ਦੇ ਫੁੱਲਾਂ ਵਰਗੇ ਬੱਦਲ ਆ ਜਿਹੜੇ ਉਹਨਾਂ ਦਾ ਅਦੁੱਪਤ ਨਜ਼ਾਰਾ ਵੇਖਣ ਨੂੰ ਮਿਲ ਸਕਦਾ ਜੀ ਇਹ ਬੱਦਲ ਦੂਰ ਤੋਂ ਵੇਖਣ ਦੇ ਐਦਾਂ ਦੇ ਨਜ਼ਰ ਆਉਂਦੇ ਹਨ ਕਿ ਜਿਵੇਂ ਕਪਾਹ ਦੇ ਵੱਡੇ ਢੇਰ ਲੱਗੇ ਹੋਣ ਬੱਦਲਾਂ ਸਮੇਤ ਬਾਰਿਸ਼ ਪੂਰਬ ਤੋਂ ਪੱਛਮ ਵੱਲ ਖਿਸਕਦੀ ਜਾਵੇਗੀ ਸੋ ਦੋਸਤੋ ਏਸੀਜੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਹੁਣੇ-ਹੁਣੇ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜੀ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਵੀਰਪਰਾ ਸੂਬੇ ਪੰਜਾਬ ਦੇ ਵਿੱਚ ਰਹਿਣ ਵਾਲਾ ਮੌਸਮ ਦੀ ਜਾਣਕਾਰੀ ਨੂੰ ਹਾਸਲ ਕਰ ਸਕੇ ਵੀਡੀਓ ਦੇਖਣ ਦੇ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ